ਸਤਿਕਾਰਯੋਗ ਭੈਣ ਭਰਾਵੋ, ਮੈਂ ਵੀਰ ਜੀ ਪਾਲ ਢਿੱਲੋਂ ਉਹਨਾਂ ਨੂੰ ਉਹਨਾਂ ਦੀ ਕਿਤਾਬ 'ਤੇ ਵਧਾਈ ਦਿੰਦੀ ਹਾਂ। ਅਤੇ ਮੇਰੀ ਕਵਿਤਾ ਦਾ ਨਾਂ ਹੈ ਹਿੰਸੇ। ਮੈਨੂੰ ਅਸੀਂ ਸਾਰੇ ਦੇ ਨਾਲ ਉਹਨਾਂ ਦਾ ਇਹ ਇੱਕ ਬਿੰਬ ਲੈ ਕੇ ਮੈਂ ਵਰਤਿਆ ਹੈਗਾ ਹਿੰਸੇ। ਅਸੀਂ ਸਭ ਹਿੰਸੇ, ਅਸੀਂ ਸਭ ਹਿੰਸੇ, ਮਿਲ ਗੋਭਾ ਜਿਹਾ ਕੁਝ ਟਾਂਕ ਕੁਝ ਜਿਸਤ ਹਿੰਦਸੇ। ਰੇਲ ਦੇ ਡੱਬਿਆਂ ਵਾਂਗ ਅੱਗੜ ਪਿੱਛੜ, ਚੇਨ ਦੇ ਕੁੰਡਲਾਂ ਵਾਂਗ ਇੱਕ ਦੂਜੇ ਵਿੱਚ ਉਲਝੇ ਸਮਾਏ। ਗਲ ਮਾਲਾ ਦੇ ਮੋਤੀਆਂ ਵਾਂਗ ਪਰੋਏ, ਇੱਕ ਦੂਜੇ ਦੇ ਪੂਰਕ ਹਿੰਦਸੇ। ਅਸੀਂ ਸਭ ਹਿੰਦਸੇ, ਮਿਲ ਗੋਭਾ ਜਿਹਾ ਕੁਝ ਟਾਂਕ ਅਤੇ ਕੁਝ ਜਿਸਤ ਹਿੰਦਸੇ। ਅਸੀਂ ਕੁਝ ਜਮ੍ਹਾਂ ਹੁੰਦੇ, ਕੁਝ ਮਨਫੀ ਹੁੰਦੇ, ਕੁਝ ਗੁਣਾ ਕੁਝ ਵੰਡ ਹੁੰਦੇ, ਪਰ ਹਾਂ ਇੱਕ ਸ਼ਾਖ ਦੇ ਫੁੱਲ ਤਾਈਏ ਸੁੰਦਰ ਗੁਲਦਸਤਾ ਬਣਦੇ, ਕੁਝ ਟਾਂਕ ਕੁਝ ਜਿਸਤ ਹਿੰਸੇ। ਅਸੀਂ ਹਿੰਸੇ ਹਰ ਵਕਤ, ਖੇਡ ਦੇ ਉਂਗਲਾਂ 'ਤੇ, ਸ਼ਾਹਾਂ ਦੀਆਂ ਬਹੀਆਂ 'ਤੇ, ਕੈਲਕੂਲੇਟਰਾਂ 'ਤੇ, ਕੁਰਸੀ 'ਤੇ, ਸਾਰਾ ਸੰਤਾਂ ਦੇ ਤਾਸ਼ ਦੇ ਪੱਤਿਆਂ 'ਤੇ ਮਰ ਜਾਂਦੇ ਹਾਂ ਅਣਭੋਲ ਬਾਦਸ਼ਾਹਾਂ ਬੇਗਮਾਂ ਹੱਥੋਂ। ਜਦੋਂ ਤੋਂ ਬਾਦਸ਼ਾਹਾਂ ਬੇਗਮਾਂ ਨੇ ਭੇਸ ਵਟਾਇਆ ਹਿੰਦਸਿਆਂ ਦਾ, ਤਾਂ ਸੁੱਖ ਚੈਨ ਗਵਾਚਾ ਕੁਝ ਟਾਂਕ ਕੁਝ ਜਿਸਤ ਹਿੰਦਸਿਆਂ ਦਾ। ਕਿਉਂਕਿ ਉਦੋਂ ਤੋਂ ਹੀ ਬਹੀਆਂ 'ਚ ਪਲਦੇ ਹਿੰਦਸੇ ਦੇ ਰਖਵਾਲਿਆਂ ਨੇ ਕੁਰਸੀ 'ਤੇ ਅਖੌਤੀ, ਗੁਰਗੱਦੀ ਦੇ ਰਖਵਾਲਿਆਂ ਨੇ ਆਪਣੇ ਹਿੱਤਾਂ ਦੇ ਰੂਬਰੂ ਹੋ, ਆਪਣੇ ਹਿੱਤਾਂ ਦੇ ਰੂਬਰੂ ਹੋ ਕੁਝ ਟਾਂਕ ਕੁਝ ਜਿਸਤ ਹਿੰਦਸਿਆਂ ਨੂੰ ਨਸਲਾਂ ਧਰਮਾਂ ਅਤੇ ਜਾਤਾਂ ਦੇ ਨਾਂ 'ਤੇ ਕਰਕੇ ਸਾਨੂੰ ਮਨਫੀ ਤਕਸੀਮ ਜੀਰੋ ਕਰ ਦੇਣਾ ਲੋਚਦੇ, ਖਾ ਜਾਣਾ ਸੋਚਦੇ। ਥਰ ਥਰ ਕੰਬਦੇ ਡਰਦੇ ਨੇ ਸਾਡੇ ਜਮ੍ਹਾਂ ਜਰਬਾ ਹੋਣ ਤੋਂ, ਅਸੀਂ ਹੋ ਨਾ ਜਾਈਏ ਦੂਣੇ ਚੌਣੇ ਤੀਣੇ, ਕੁਝ ਟਾਂਕ ਕੁਝ ਜਿਸਤ ਹਿੰਸੇ। ਉਹ ਤਾਂ ਬੈਠ ਗੋਲ ਕਮਰਿਆਂ 'ਚ ਬਸ ਇਹੋ ਹਰਦਮ ਸੋਚਦੇ, ਅਸੀਂ ਖਹਿ ਖਹਿ ਲੜ ਲੜ ਮਰ ਜਾਈਏ ਇੱਕ ਦੂਜੇ ਨੂੰ ਨੋਚਦੇ। ਪਰ ਅਸੀਂ ਨਾ ਹੋਣਾ ਮਨਫੀ ਤਕਸੀਮਾਂ, ਸਾਨੂੰ ਗੁੜਤੀ ਦਿੱਤੀ ਅਕਲ ਹਕੀਮਾਂ, ਅਕਲ ਇਲਮ ਹਕੀਮਾਂ, ਜਮ੍ਹਾਂ ਜਰਬਾਂ ਖਾ ਕੇ ਬਾਦਸ਼ਾਹਾਂ ਬੇਗਮਾਂ ਨੂੰ ਰੰਗ ਦੀ ਦੁੱਕੀ ਨਾਲ ਕੁੱਟਣ ਦੀ, ਕੁਝ ਟਾਂਕ ਕੁਝ ਜਿਸਤ ਹਿੰਦਸਿਆਂ ਇੰਜ ਪਿਰਤ ਮਕਾਉਣੀ, ਕਿਰਤ ਨੂੰ ਲੁੱਟਣ ਦੀ ਕਿਰਤ ਨੂੰ ਲੁੱਟਣ।